ਸਵੇਰੇ ਸਵੇਰੇ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਨਜ਼ਾਰਾ ਕੁਛ ਇਸ ਤਰ੍ਹਾਂ ਦਾ ਸੀ। ਸੂਰਜ ਨਿਕਲ ਰਿਹਾ ਸੀ, ਬਹੁਤ ਹੀ ਸ਼ਾਂਤੀ, ਚਹਿਚਾਨ ਦੀ ਆਵਾਜ਼ ਆ ਰਹੀ ਸੀ, ਬਹੁਤ ਹੀ ਖੂਬਸੂਰਤ। ਅੰਦਰ ਆਈ ਤਾਂ ਜ਼ੋਰਾਵਰ, ਪ੍ਰਤੀਕ, ਨੀਰਜ ਸਾਰੇ ਸੁੱਤੇ ਹੋਏ ਸੀ। ਮੈਂ ਥੋੜ੍ਹਾ ਜਿਹਾ ਸ਼ੂਟ ਕਰ ਲਿਆ, ਮੈਨੂੰ ਸੋਹਣੇ ਲੱਗ ਰਹੇ ਸਾਰੇ ਸੁੱਤੇ, ਮਸਤ ਐਂਡ ਮੌਸਮ 'ਚ। ਹੈਲੋ ਐਵਰੀਵਨ, ਵੈਲਕਮ ਬੈਕ ਟੂ ਅਰ ਚੈਨਲ ਫਨ ਐਂਡ ਫਲੇਮ। ਅੱਜ ਅਸੀਂ ਮਨਾਲੀ ਨੂੰ ਐਕਸਪਲੋਰ ਕਰਨ ਜਾ ਰਹੇ ਹਾਂ, ਬਹੁਤ ਸਾਰੀ ਟੂਰਿਸਟ ਪਲੇਸਿਸ ਦੇਖਣੀਆਂ ਆ। ਅੱਜ ਅਸੀਂ ਜਾਵਾਂਗੇ ਸੋਲਾਂਗ ਵੈਲੀ ਦੇਖਣ, ਹੜਿੰਬਾ ਟੈਂਪਲ, ਜੋਗਨੀ ਵਾਟਰਫਾਲ, ਬਹੁਤ ਸਾਰੀਆਂ ਜਗ੍ਹਾ ਹੈ। ਅੱਜ ਲਈ ਅਸੀਂ ਬੜੀ ਜਗ੍ਹਾ ਘੁੰਮਣਾ, ਬੜੀ ਚੀਜ਼ਾਂ ਤੁਹਾਨੂੰ ਦੱਸਣੀਆਂ, ਅੱਜ ਤਾਂ ਬਹੁਤ ਹੀ ਮਸਤ ਵਲੌਗ ਬਣਨ ਵਾਲਾ। ਫਟਾਫਟ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਹਜੇ ਤੱਕ ਨਹੀਂ ਕੀਤਾ। ਹੈਲੋ, ਹੈਲੋ, ਥੈਂਕ ਯੂ, ਦੇ ਦਿਓ। ਹਾਂ, ਇਹ ਤਾਂ ਇਹ ਕਹੀ ਆ, ਚਲੋ ਚਲੇ। ਅਸੀਂ ਬਾਏ ਵਾਕ ਚੱਲਣਾ ਸ਼ੁਰੂ ਕੀਤਾ ਸੀਗਾ, ਪਹਿਲਾਂ ਇੱਦਾਂ ਹੀ ਚੱਲਦੇ ਹਾਂ, ਫਿਰ ਦੇਖਦੇ ਹਾਂ। ਰੋਡ ਬੋਲਦੇ ਆ ਕਿਉਂਕਿ ਇੱਥੇ ਨਾ ਇੱਦਾਂ ਦੀਆਂ ਲੋਕ ਦੀਆਂ ਹਟਸ ਮਿਲਦੇ ਆ। ਰੂਮ ਨੰਬਰ ਜਿੱਦਾਂ 3 ਹਟਸ ਇੱਥੇ ਆ, 3 ਕੁ ਨੀਚੇ ਆ, ਇੱਦਾਂ ਅਲੱਗ ਅਲੱਗ ਜਗ੍ਹਾ 'ਤੇ ਇੱਦਾਂ ਦੀਆਂ ਵੀ ਤੁਸੀਂ ਲੈ ਸਕਦੇ ਹੋ ਇੱਥੇ, ਮਤਲਬ ਲੋਕੇਸ਼ਨ ਦੇਖਣ ਲਈ। ਔਰ ਇੱਥੇ ਤੁਹਾਨੂੰ ਮਨਾਲੀ ਦਾ ਵਿਊ ਵੀ ਬਹੁਤ ਅੱਛਾ। ਇਹ ਪਾਣੀ ਦਾ ਸਾਊਂਡ ਬਹੁਤ ਆ ਰਿਹਾ, ਉਹ ਪਾਣੀ ਵਗਦਾ ਨੀਚੇ ਤਾਂ। ਸੋ ਅੱਜ ਦੀ ਸਾਡੀ ਫਸਟ ਡੈਸਟੀਨੇਸ਼ਨ ਹੈ ਹੜਿੰਬਾ ਟੈਂਪਲ। ਅਸੀਂ ਸੋਚਿਆ ਸਭ ਤੋਂ ਪਹਿਲਾਂ ਉੱਥੇ ਹੀ ਮੱਥਾ ਟੇਕਦੇ ਹਾਂ ਕਿਉਂਕਿ ਸੁਣਿਆ ਕਿ ਉੱਥੇ ਰਸ਼ ਹੋ ਜਾਂਦਾ ਜਲਦੀ, ਅਤੇ ਅਸੀਂ ਸਭ ਤੋਂ ਪਹਿਲਾਂ ਉਹੀ ਲੋਕੇਸ਼ਨ ਚੂਜ਼ ਕੀਤੀ। ਹੜਿੰਬਾ ਟੈਂਪਲ ਜਾਣ ਲਈ ਤੁਹਾਨੂੰ ਵਾਕ ਕਰਕੇ ਹੀ ਜਾਣਾ ਪਏਗਾ, ਐਟਲੀਸਟ 2 ਕੁ ਕਿਲੋਮੀਟਰ ਦਾ ਤੁਹਾਨੂੰ ਵਾਕ ਟਰੈਕ ਕਰਨਾ ਪਏਗਾ। ਅਤੇ ਠੀਕ ਹੈ, ਰਸਤਾ ਬਿਲਕੁਲ ਸਾਫ਼ ਸੁਥਰਾ, ਬੜਾ ਵਧੀਆ ਆ, ਤੁਸੀਂ ਆਰਾਮ ਨਾਲ ਟਰੈਕ ਕਰਕੇ ਜਾ ਸਕਦੇ ਹੋ। ਅਸੀਂ ਜੈ ਮਾਤਾ ਦੀ ਕਰਦੇ ਹੋਏ ਤੁਰ ਪਏ, ਅਤੇ ਅੱਛਾ ਸੀਗਾ, ਉੱਪਰ ਆਰਾਮ ਨਾਲ ਚਲੇ ਗਏ। ਉੱਥੇ ਜਾ ਕੇ ਸਾਨੂੰ ਦੂਰੋਂ ਨਜ਼ਰ ਆਉਣ ਲੱਗ ਪਿਆ ਹੜਿੰਬਾ ਟੈਂਪਲ, ਇੱਦਾਂ ਦਾ ਉੱਚਾ ਨੀਵਾਂ ਰਸਤਾ ਵੀ ਤੁਹਾਨੂੰ ਮਿਲੇਗਾ, ਅਤੇ ਪਰ ਮਜ਼ੇਦਾਰ ਹੈ, ਤੁਸੀਂ ਆਰਾਮ ਨਾਲ ਜਾ ਸਕਦੇ। ਜਿੱਦਾਂ ਹੀ ਅਸੀਂ ਉੱਥੇ ਪਹੁੰਚੇ ਤਾਂ ਆਪਾਂ ਦੇਖਿਆ ਵੀ ਸੰਗਤ ਇੰਨੀ ਆਈ ਹੋਈ ਆ, ਇੰਨੇ ਲੋਕਾਂ ਨੇ ਮੱਥਾ ਟੇਕਣਾ, ਲਾਈਨ ਲੱਗੀ ਹੋਈ ਸੀ, ਘੁੰਮ ਘੁੰਮ ਕੇ ਇਸ ਪਾਸਿਓਂ ਵੀ ਘੁੰਮੋ, ਜਿੱਧਰਲੇ ਪਾਸੇ ਦੇਖੀਏ ਉੱਧਰ ਹੀ ਲੋਕ ਹੀ ਲੋਕ। ਫਿਰ ਅਸੀਂ ਪਲਾਨ ਕੀਤਾ ਵੀ ਨਹੀਂ, ਜੇ ਅਸੀਂ ਲਾਈਨ 'ਚ ਲੱਗਦੇ ਹਾਂ ਘੱਟੋ ਘੱਟ ਸਾਨੂੰ 2 ਘੰਟੇ ਲੱਗ ਜਾਣੇ ਆ, ਆਪਾਂ ਬਾਹਰੋਂ ਹੀ ਮੱਥਾ ਟੇਕਿਆ। ਪਰ ਇੱਥੇ ਇੱਕ ਬੜੀ ਯੂਨੀਕ ਚੀਜ਼ ਸੀ ਕਿ 12 ਸਿੰਘਾਂ 'ਚ ਇਸ ਤਰ੍ਹਾਂ ਹਿਰਨਾਂ ਦੇ ਬੜੇ ਹੀ ਸਿੰਘ ਲੱਗੇ ਹੋਏ ਆ, ਬਟ ਸਾਨੂੰ ਇੰਨਾ ਸਮਝ ਨਹੀਂ ਆਇਆ। ਬਟ ਇਹ ਮਸਟ ਹੈ ਕਿ ਹਰ ਜਗ੍ਹਾ 'ਤੇ ਤੁਹਾਨੂੰ ਇਹ ਚੀਜ਼ ਨਜ਼ਰ ਆਏਗੀ। ਬਹੁਤ ਹੀ ਪੁਰਾਣਾ ਲੱਕੜ ਦਾ ਮੰਦਿਰ ਆ, ਬਹੁਤ ਹੀ ਪਿਆਰਾ। ਜ਼ੋਰਾਵਰ ਨੂੰ ਮੱਥਾ ਟੇਕਣ ਦੇ ਦਿੱਤਾ ਸੀਗਾ ਸਿਕਿਉਰਿਟੀ ਨੇ, ਅਸੀਂ ਉਹਨਾਂ ਤੋਂ ਮੱਥਾ ਟੇਕਵਾ ਤਾ ਸੀਗਾ, ਤੁਸੀਂ ਇਹਨਾਂ ਨੂੰ ਮੱਥਾ ਟੇਕਣ ਦਿਓ ਬੱਚੇ ਨੂੰ, ਪਰ ਅਸੀਂ ਨਹੀਂ ਟੇਕ ਪਾਏ। ਅਤੇ ਬਾਹਰੋਂ ਹੀ ਮੱਥਾ ਟੇਕ ਸਕਦੇ ਹਾਂ, ਅੰਦਰ ਜਾਣ ਦੀ ਪਰਮਿਸ਼ਨ ਨਹੀਂ ਹੈ, ਬਾਹਰ ਜਾਲੀ ਦਾ ਬਣਿਆ ਹੋਇਆ, ਉੱਥੋਂ ਤੁਸੀਂ ਮਾਤਾ ਰਾਣੀ ਦੇ ਦਰਸ਼ਨ ਕਰ ਸਕਦੇ ਹੋ। ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਹੈ ਵਨ ਵਿਹਾਰ। ਮਨਾਲੀ ਦੇ ਟੂਰਿਸਟ ਪਲੇਸਿਸ ਦੇ ਵਿੱਚੋਂ ਇੱਕ ਇਹ ਵੀ ਆਉਂਦਾ ਹੈ, ਹੜਿੰਬਾ ਟੈਂਪਲ ਦੇ ਬਿਲਕੁਲ ਹੀ ਸਾਹਮਣੇ ਵਨ ਵਿਹਾਰ ਹੈ। ਲੋਕ ਇੱਥੇ ਆ ਕੇ ਥੋੜ੍ਹਾ ਟਾਈਮ ਸਪੈਂਡ ਕਰਦੇ ਆ, ਬੈਠਦੇ ਆ ਸ਼ਾਂਤੀ ਨਾਲ, ਸਾਰੇ ਪਾਸੇ ਪੇੜ ਹੀ ਪੇੜ ਹੈ ਦੇਵਦਾਰ ਦੇ, ਔਰ ਬਹੁਤ ਹੀ ਖੂਬਸੂਰਤ ਹੈ। ਅਤੇ ਅਸੀਂ ਅੱਗੇ ਚੱਲ ਪਏ, ਅਸੀਂ ਕਿਹਾ ਠੀਕ ਹੈ ਕੁਛ ਖਾਂਦੇ ਹਾਂ, ਵੀ ਬੱਚੇ ਨੂੰ ਵੀ ਭੁੱਖ ਲੱਗੀ ਸੀ। ਅਸੀਂ ਪੁੱਛਿਆ ਪਲੰਮ ਔਰ ਚੈਰੀਜ਼ ਬਹੁਤ ਕੋਸਟਲੀ ਮਿਲਦੇ ਆ, ਪਰ ਇੱਥੇ ਦੇ ਪਲੰਮਸ ਬਹੁਤ ਟੇਸਟੀ ਵੀ ਹੁੰਦੇ ਨੇ। ਅਤੇ ਆਪਾਂ ਫਿਰ ਇੱਕ ਜਗ੍ਹਾ ਤੋਂ ਲੈ ਲਏ, ਜ਼ੋਰਾਵਰ ਨੂੰ ਪਸੰਦ ਆ ਗਏ, ਅਤੇ ਉਹ ਫਿਰ ਆਪਾਂ ਖਾਂਦੇ ਖਾਂਦੇ ਅੱਗੇ ਚੱਲ ਪਏ। ਅਸੀਂ ਕਿਹਾ ਠੀਕ ਹੈ ਵਾਪਸ ਚੱਲਣਾ ਕਿਉਂਕਿ ਅਸੀਂ ਹੋਰ ਵੀ ਜਗ੍ਹਾ ਜਾਣਾ ਸੀ। ਲੇਕਿਨ ਸਾਨੂੰ ਰਸਤੇ ਦੇ ਵਿੱਚ ਹੀ ਮਿਲ ਗਏ ਮਨਾਲੀ ਦੇ ਪਹਾੜੀ ਡਰੈਸਿਸ, ਔਰ ਇੱਥੇ ਦੀ ਡਰੈਸਿਸ ਔਰ ਲੋਕੇਸ਼ਨ ਪਿੱਛੇ ਵਨ ਵਿਹਾਰ ਦੀ ਬਹੁਤ ਹੀ ਖੂਬਸੂਰਤ ਸੀ। ਅਤੇ ਮੈਂ ਕਿਹਾ ਠੀਕ ਹੈ ਵੀ ਆਪਾਂ ਇੱਥੇ ਰੈਡੀ ਹੁੰਦੇ ਹਾਂ। ਸੋ ਇੱਥੋਂ ਉਹਨਾਂ ਨੇ ਪੇ ਕੀਤਾ ਅਸੀਂ 200 ਰੁਪੀਜ਼ ਫੋਰ 3 ਪਰਸਨਸ, ਉਹਨਾਂ ਨੇ ਸਾਨੂੰ ਇਹਦੇ ਵਿੱਚ ਹੀ ਰੈਡੀ ਕਰ ਦਿੱਤਾ। ਔਰ ਬਹੁਤ ਹੀ ਖੂਬਸੂਰਤ ਜਿਹਾ ਆਊਟਫਿਟ ਸੀ ਉਹਨਾਂ ਦੇ ਕੋਲ, ਇਹਨਾਂ 'ਤੇ ਬਲੈਕ ਕਲਰ ਨਾਲ ਰੈਡੀ ਕੀਤਾ ਗਿਆ, ਪ੍ਰਤੀਕ ਨੂੰ ਜ਼ੋਰਾਵਰ ਲਈ ਵੀ ਬਲੈਕ, ਉਹਨਾਂ ਨੇ ਬੋਇਜ਼ ਲਈ ਬਲੈਕ ਰੱਖੇ ਹੋਏ ਆ, ਔਰ 2 ਮਿੰਟ ਲਗਾਉਂਦੇ ਆ ਫਟਾਫਟ ਰੈਡੀ ਕਰਕੇ, ਲਾਂਬੇ ਮਾਰਦੇ ਆ ਬੰਦੇ ਨੂੰ ਰੈਡੀ ਪ੍ਰਪੇਅਰ ਕਰ ਦਿੰਦੇ। ਫਿਰ ਅਸੀਂ ਕੀਤਾ ਵੀਡੀਓ ਸ਼ੂਟ, ਫੋਟੋ ਸ਼ੂਟ, ਬਹੁਤ ਹੀ ਖੂਬਸੂਰਤ, ਜਿਹੜੇ ਜਲਦੀ ਹੀ ਅਸੀਂ ਪਾਵਾਂਗੇ। 1-2 ਫੋਟੋ ਸ਼ੂਟ ਤਾਂ ਅਸੀਂ ਪਾ ਵੀ ਚੁੱਕੇ ਹਾਂ, ਵੀਡੀਓਜ਼ ਬਹੁਤ ਅੱਛੀ ਪਹਾੜੀ ਟੋਨ ਦੀ, ਔਰ 1-2 ਅਸੀਂ ਪਾਵਾਂਗੇ। ਫਿਰ ਤੁਹਾਨੂੰ ਦੱਸ ਦਿਆਂ ਕਿੱਦਾਂ ਅਸੀਂ ਕਿਤੇ ਫੋਟੋ ਸ਼ੂਟਸ। ਵਾਓ, ਜ਼ੋਰਾਵਰ ਲੁਕਿੰਗ ਸੋ ਕਿਊਟ, ਬਹੁਤ ਇੰਜੋਏ ਕਰ ਰਿਹਾ ਸੀ। ਅਤੇ ਅੱਗੇ ਫਿਰ ਅਸੀਂ ਫਟਾਫਟ ਆ ਗਏ ਗੋਲ ਗੱਪਿਆਂ ਵੱਲ, ਕਿਉਂਕਿ ਇਹ ਤਾਂ ਰਿਹਾ ਹੀ ਨਹੀਂ ਜਾਂਦਾ ਗੋਲ ਗੱਪੇ ਦੇਖ ਕੇ। ਬਸ ਤਿੰਨਾਂ ਨੇ ਪਹਿਲਾਂ ਰੇਲ ਬਣਾਈ ਗੋਲ ਗੱਪੇ ਦੀ, ਅਸੀਂ ਕਿਹਾ ਜੀ ਆਹ ਤਾਂ ਟੇਸਟ ਕਰਨਾ ਪੈਂਦਾ। ਸੋ ਫਟਾਫਟ ਆਪਾਂ ਟੇਸਟ ਕੀਤੇ ਗੋਲ ਗੱਪੇ 1 ਬਾਏ 1, ਬਹੁਤ ਹੀ ਅੱਛੇ ਸੀ ਇੱਥੇ ਗੋਲ ਗੱਪੇ ਵੀ, ਮਿੱਠਾ ਪਾਣੀ ਹਰ ਤਰ੍ਹਾਂ ਦਾ ਦੇ ਰਹੇ ਸੀ, ਬਹੁਤ ਹੀ ਸਪਾਈਸੀ ਵੀ ਸੀ, ਖੱਟਾ ਮਿੱਠਾ ਵੀ ਸੀ, ਔਰ ਬਹੁਤ ਅੱਛਾ ਸੀ, ਤਿੰਨਾਂ ਨੇ ਬੜੇ ਮਜ਼ੇ ਨਾਲ ਟੇਸਟ ਕੀਤੇ। ਔਰ ਆਪਾਂ ਨੀਚੇ ਆ ਗਏ ਆਂਟੀ ਕੋਲ, ਉਹ ਆਪਣੇ ਘਰ ਹੀ ਬਣਾਉਂਦੇ ਨੇ ਸਿੱਡੂ, ਅਤੇ ਬਹੁਤ ਹੀ ਅੱਛੇ ਜਿਹੇ ਆਂਟੀ ਸੀ, ਉਹਨਾਂ ਨਾਲ ਕਿੰਨੀਆਂ ਸਾਰੀਆਂ ਅਸੀਂ ਗੱਲਾਂ ਵੀ ਕੀਤੀਆਂ, ਦੇ ਨਾਲ ਆਪਾਂ ਕੀਤਾ ਸਿੱਡੂ ਟਰਾਈ,
बड़े प्यार नाल उन्होंने उन्हें कट करके फिर देसी घी और घर होममेड चटनी के नाल उन्होंने सानू सर्व किया। प्यारा जिहा सिड्डू ते आपां मजे नाल टेस्ट किया क्योंकि सवेरे सानू बहुत भुख लगी सी। खाली पेट चल तो पे सी पर साडा बड़ा मन सी कि हुण कुछ खा भी लईए। भुख लग रही सी क्योंकि अगे जाके पता नहीं सोलांग वैली वाल या जोगनी फार्म वाटरफॉल से अगर पहला चले गए तो उत्थे सानू जगह मिलेगी खाने की कि नहीं मिलेगी। चल पे असीं अगे असीं सफर शुरू कर दिता। असीं क्या सोलांग वैली देख के आने हैं। हड़म्बा टैंपल तुहानू दिखा चुके हैं। हुण अगे तुहानू दस्सदे हां वी की आ रहा। काफ़ी जगह है इत्थे ऑन द वे जाण लई। पिछे साडे बैठे ने ओह सो गए बच्चा वाटे वाली जागदी है जी। एक और सो गया देख देखते हैं फिर अगे की मिलता है देखने। पर बाहर का व्यू बहुत अच्छा है बहुत अच्छा है। हड़िम्बा टैंपल वन विहार देखने तो बाद हुण सोलांग वैली देखन जा रहे हैं। तो रस्ते दे विच असीं देखी पैराग्लाइडिंग। बड़ा मज़ा आ रहा सी देखने च ही। वैसे मैं डर लग रहा सी ओ देखो दूर कोई पैराग्लाइडिंग कर रहा किन्ने मज़े नाल हवा दे विच झूलदा जा रहा सी। ते सानू उत्थे देखने च पता लगा भी बहुत ज़्यादा रश है टर्न आ नहीं रही जगह बहुत ही ज़्यादा भरी हुई है। सो असीं सोलांग वैली ना रुक के उतों 5 मिनट की ड्राइव अगे करके शांति नाल एक जगह देखी। उत्थे कार पार्क की समान असीं नाल लैके गए हुए सी तो असीं एक जगह देख के उत्थे बैठ गए। मैं तुहानू भी यही सुजैस करूँगी अगर तुसीं रश तो थोड़ा दूर जाना चाहते हो तो थोड़ा अगे पिछे ही पार्क कर लो मेन डेस्टिनेशन ते पार्क करन दी बजाय। दरी बिछा के बह गई प्रतीक नूं ते मैनूं ज़्यादा रौला रप्पा पसंद नहीं। असीं थोड़ा जिहा यूनीक जी जगह पसंद करते जिते हरियाली भी होवे थोड़ी देर बैठे या भी जाए गलबात भी कर सके। ये सोलांग वैली तो थोड़ा जिहा ही अगे जाके सी और कोल ही उत्थे रेस्टोरेंट सी। तुसीं उत्थों ऑर्डर भी कर सकते सी खाण पीण दा और आराम नाल लेट सकदे हो। असीं काफ़ी देर इत्थे स्पेंड किया एटलीस्ट 2-3 घंटे असीं इत्थे ही रहे और पूरा इंजॉय किया इस जगह नूं। वाओ तुसीं सामने देख सकते हो पहाड़ां ते बर्फ पई हुई है। इन्नी सोहने खूबसूरती आले दुआले तुहानूं नज़र आ रही सी ते मैं उस रश दे विच जाना ही नहीं चाहती सी। ये जगह परफेक्ट सी अगर तुसीं टाइम स्पेंड करना अपने बच्चों नाल अपनी फैमिली नाल ते दैट इज़ द बेस्ट प्लेस। तुसीं इदां दी ही जगह लभ के आस पास बैठ सकते हो जिथे तुसीं इंजॉय कर सको उस चीज़। वो बल्ले तेरे इन्ना महंगा भरावा एक दे दे कुछ नहीं। ए 30 रुपए का हां तू भूख ले दे सानू। हुण वारी सी स्प्रिंग रोल्स दी। तुसीं रेड टी शर्ट वाले भैया देख रहे होने बड़े दूरों साढ़े लिए वॉक करके बेचारे इतने स्प्रिंग रोल्स देन आए और असी हुण स्प्रिंग रोल टेस्ट किए। उस तो बाद असीं ठीक कुछ खाइए पीए इतने इंजॉय करिए। पिछे पानी वगदा सी अगे स्प्रिंग रोल खाए जा रहे सी बड़ा मज़ा आ रहा सी सानू। ते वापस असी चल पे ते रस्ते विच आ गए जिपलाइन। एडवेंचर्स दी बहुत जगह है तुहानू इत्थे मिल जाणगियां। ते प्रतीक बस अड़ गए कहिंदे मैं ते जिपलाइन लाऊंगा मैं ये चीज़ इंजॉय करनी है मैं नहीं छड्ड सकदा। असीं ठीक है असी दोनों कमज़ोर दिल वाले ने मना करता तो सिर्फ प्रतीक ने ही ये चीज़ में इंजॉय किया। उन्होंने उत्थे उन्होंने फड़ के बन बुंदिया 200 रुपया टिकट लगती है तुम आराम ना इन इंजॉय कर सकते। बाय ध्यान ना जदों प्रतीक जा रहे थे उदों तो मैंने इन्ना डर नहीं लगा। जदों वापस आ रहे थे ना मैंने उन्होंने देख के घबराहट हो रही थी। थले पानी का इन्ना तेज फ्लो आ उपरों पता नहीं किदा दिल करता बंदे का इन्ना इंजॉय करन दा। किवें दा लगा फिर? बहुत वधिया लगा मजेदार। पैराग्लाइडिंग भी कर लेनी चाहिए मैनू। मैं तुहानू कहा सी तुसीं कित्थे कल जाके करूंगा फिर। सो अज तां साडा 4th डेस्टिनेशन है जोगनी वाटरफॉल जो कि सब तो ज़्यादा एडवेंचरस सब तो ज़्यादा मज़ेदार। इत्थे दी कहिंदे लोकेशन बहुत ही खूबसूरत है। अगर तुसीं वाटरफॉल ते पहुंचते हो थले ही तुहानू कार पार्क करनी पैंदी है ते फिर तुहानू वॉक करके जाना पैंदा। असीं पहुंच गए जोगनी वाटरफॉल। पहुंचनी अजे 2 किलोमीटर दा ट्रैक है 2-2.5 किलोमीटर दा।
ਸੋ ਅਸੀਂ ਚੱਲ ਪਏ ਆਪਣੀ ਕਾਰ ਪਾਰਕ ਕਰਕੇ। ਕਾਰ ਪਾਰਕ ਕਰਨ ਦਾ ਵੀ ਤੁਹਾਨੂੰ ਪੈਸੇ ਦੇਣੇ ਪੈਣਗੇ। ਕਾਰ ਪਾਰਕਿੰਗ ਜਿਹੜੀ ਇੱਥੇ ਪੇਡ ਹੈ, ਲੇਕਿਨ ਆਲੇ ਦੁਆਲੇ ਦੇ ਜਦੋਂ ਤੁਸੀਂ ਟਰੈਕ ਸ਼ੁਰੂ ਕਰੋਗੇ ਨਾ, ਉਹਦਾ ਰਸਤਾ ਬਹੁਤ ਹੀ ਖੂਬਸੂਰਤ ਹੈ, ਬਹੁਤ ਹੀ ਐਡਵੈਂਚਰਸ। ਅੱਗੇ ਜਾਂਦੇ ਜਾਂਦੇ ਤਾਂ ਬਹੁਤ ਹੀ ਖਤਰਨਾਕ ਵੀ ਹੋ ਜਾਂਦਾ, ਲੇਕਿਨ ਸ਼ੁਰੂਆਤ ਬਹੁਤ ਸੋਹਣਾ ਆ। ਆਲੇ ਦੁਆਲੇ ਬਹੁਤ ਅੱਛੀ ਗਰੀਨਰੀ ਨਜ਼ਰ ਆਏਗੀ ਤੁਹਾਨੂੰ, ਸ਼ੁਰੂ ਦੇ ਵਿੱਚ ਹੀ ਪਾਣੀ ਵਗਦਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਪਹਾੜ ਤੁਸੀਂ ਦੇਖ ਸਕਦੇ ਹੋ, ਇੰਨੀ ਉਚਾਈ ਤੱਕ ਤੁਸੀਂ ਜਾਣਾ ਹੈ। ਅਤੇ ਆਲੇ ਦੁਆਲੇ ਤੁਹਾਨੂੰ ਇੱਥੇ ਪਾਣੀ ਔਰ ਹਾਂ ਰਸਤੇ ਵਿੱਚ ਤੁਸੀਂ ਸ਼ੋਪਿੰਗ ਵੀ ਕਰ ਸਕਦੇ ਹੋ। ਛੋਟੀ ਛੋਟੀਆਂ ਸ਼ੋਪ ਹੈ ਇੱਥੇ ਦੀ, ਹਿਮਾਚਲੀ ਸ਼ੋਪਸ, ਜਿੱਥੇ ਤੁਸੀਂ ਵੂਲਨ ਕੱਪੜੇ ਲੈ ਸਕਦੇ ਹੋ। ਔਰ ਸਾਈਡ ਬਾਏ ਸਾਈਡ ਤੁਸੀਂ ਪਾਣੀ ਵਗਦਾ ਦੇਖ ਸਕਦੇ ਹੋ, ਜੋ ਦੇਖ ਕੇ ਤੁਹਾਨੂੰ ਵੈਸੇ ਹੀ ਠੰਡਕ ਜਿਹੀ ਲੱਗਦੀ ਹੈ। ਗਰਮੀ ਦੇ ਵਿੱਚ ਵੀ ਤੁਹਾਨੂੰ ਗਰਮੀ ਵਾਲੇ ਪਸੀਨਾ ਨਹੀਂ ਆਏਗਾ, ਠੰਡਾ ਠੰਡਾ ਜਿਹਾ ਮੌਸਮ ਹੈ, ਸਾਈਡ 'ਤੇ ਪਾਣੀ ਵਗਦਾ, ਤੁਸੀਂ ਚੱਲ ਪਏ ਹੋ ਆਪਣੇ ਟਰੈਕ ਲਈ। ਇੱਥੋਂ ਖੂਬਸੂਰਤ ਚੀਜ਼ ਹੋਰ ਕੀ ਹੋ ਸਕਦੀ ਹੈ? ਜ਼ੋਰਾਵਰ ਥੱਕ ਰਿਹਾ ਸੀਗਾ, ਇਸ ਕਰਕੇ ਉਹਨੂੰ ਤਾਂ ਫਿਰ ਮੋਢੇ 'ਤੇ ਚੱਕ ਦਿੱਤਾ। ਉਹ ਮੋਢਿਆਂ 'ਤੇ ਵੀ ਇੰਜੋਏ ਕਰ ਰਿਹਾ ਸੀ, ਬਾਪੂ ਦੇ ਮੋਢਿਆਂ 'ਤੇ ਉਹਨੇ ਪੂਰਾ ਇੰਜੋਏ ਕੀਤਾ ਇਸ ਚੀਜ਼ ਨੂੰ। ਰਸਤੇ ਦੇ ਵਿੱਚ ਵੀ ਜਿੱਥੇ ਜਿੱਥੇ ਪਾਣੀ ਜ਼ਿਆਦਾ ਇਕੱਠਾ ਹੁੰਦਾ, ਲੋਕ ਉੱਥੇ ਆਰਾਮ ਦੇ ਨਾਲ ਬੈਠ ਜਾਂਦੇ ਨੇ, ਉੱਥੇ ਨਹਾਉਂਦੇ ਨੇ, ਇੰਜੋਏ ਕਰਦੇ ਨੇ। ਛੋਟੇ ਛੋਟੇ ਤੁਹਾਨੂੰ ਖਾਣ ਪੀਣ ਨੂੰ ਵੀ ਨੀਚੇ ਨੀਚੇ ਮਿਲ ਜਾਏਗਾ, ਜਿੰਨਾ ਜਿੰਨਾ ਉੱਪਰ ਜਾਂਦੇ ਰਹੋਗੇ। ਖਾਣ ਪੀਣ ਦਾ ਉੱਥੇ ਤੁਹਾਨੂੰ ਕੁਛ ਨਹੀਂ ਮਿਲਦਾ, ਨੀਚੇ ਦੋ ਸਪੋਟਸ ਹੈ ਜਿੱਥੇ ਤੁਸੀਂ ਰੁਕ ਕੇ ਖਾਣਾ ਪਾਣੀ ਪੀ ਸਕਦੇ ਹੋ। ਉੱਥੇ ਤੁਹਾਨੂੰ ਖਾਣ ਪੀਣ ਦਾ ਵੀ ਹੈ, ਉੱਥੇ ਕੋਲਡ ਡਰਿੰਕਸ ਮਿਲ ਜਾਣਗੀਆਂ, ਕੁਛ ਖਾਣ ਪੀਣ ਨੂੰ ਮੈਗੀ ਵਗੈਰਾ ਵੀ ਮਿਲ ਜਾਏਗਾ। ਸੋ ਅਸੀਂ 2 ਕਿਲੋਮੀਟਰ ਦਾ ਟਰੈਕ ਕਰਕੇ ਹੌਲੀ ਹੌਲੀ ਉੱਪਰ ਪਹੁੰਚ ਰਹੇ ਸੀ। ਜਿਉਂ ਜਿਉਂ ਉੱਪਰ ਪਹੁੰਚਦੇ ਹੋ ਉਨਾ ਥੱਕਦੇ ਵੀ ਹੋ। ਰਸਤਾ ਥੋੜ੍ਹਾ ਬਹੁਤ ਹੀ ਟਾਈਟ ਹੈ, ਜੇ ਪਗਡੰਡੀ ਜੀ ਹੈ, ਤੁਹਾਨੂੰ ਉੱਥੇ ਹੀ ਆਪਣੇ ਪੈਰ ਫਿੱਟ ਕਰ ਕਰਕੇ ਅੱਗੇ ਵਧਣਾ ਅਤੇ ਰਸਤਾ। ਲੇਕਿਨ ਇਹ ਹੈ ਕਿ ਬਹੁਤ ਹੀ ਜ਼ਿਆਦਾ ਖੂਬਸੂਰਤ ਹੁੰਦਾ ਜਾਂਦਾ ਜਿਉਂ ਜਿਉਂ ਤੁਸੀਂ ਉੱਪਰ ਜਾਂਦੇ ਹੋ। ਲੋਕ ਰਸਤੇ ਦੇ ਵਿੱਚ ਕਿਤੇ ਕਿਤੇ ਪੈਰ ਪੂਰ ਥਮਾ ਥੂ ਕੇ ਬੈਠ ਵੀ ਜਾਂਦੇ ਨੇ, ਰੈਸਟ ਕਰ ਲੈਂਦੇ। ਅਸੀਂ ਵੀ ਰੁਕ ਗਏ ਸੀ, ਅਸੀਂ ਥੱਕ ਗਏ ਸੀ ਅਤੇ ਇੱਦਾਂ ਹੀ ਉੱਪਰ ਚੜ੍ਹਦੇ ਗਏ। ਮੈਨੂੰ ਅਤੇ ਨੀਰਜ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੋ ਰਹੀ ਸੀ, ਨੀਰਜ ਮੈਨੂੰ ਫੜ ਕੇ ਵੈਸੇ ਵਿਚਾਰਾ ਨਾਲ ਨਾਲ ਜਾਂਦਾ ਰਿਹਾ, ਔਰ ਪ੍ਰਤੀਕ ਨੇ ਜ਼ੋਰਾਵਰ ਨੂੰ ਫੜਿਆ ਹੋਇਆ ਸੀ। ਨੀਚੇ ਪਾਣੀ ਦਾ ਨਜ਼ਾਰਾ ਕੁਛ ਇਸ ਤਰ੍ਹਾਂ ਦਾ ਹੈ, ਬਹੁਤ ਹੀ ਸੋਹਣਾ। ਟੇੜੇ ਮੇੜੇ ਰਾਸਤੇ, ਔਰ ਮੈਂ ਔਰ ਜ਼ੋਰਾਵਰ, ਵੀ ਆਰ ਆਲਰੇਡੀ ਔਨ ਦ ਟਾਪ। ਉਹ ਥੱਲਿਓਂ ਆਏ ਹਾਂ ਅਤੇ ਕਿਸ ਚੀਜ਼ ਲਈ ਆਏ ਹਾਂ ਦੇਖ ਕੇ ਉਹਦਾ ਲੱਗੂ। ਓ ਮਾਈ ਗੋਡ, ਵਾਟ ਏ ਵਿਊ, ਵਾਟ ਏ ਸੀਨਿਕ ਸੀਨਿਕ ਵਿਊ। ਬਹੁਤ ਹੀ ਘੱਟ ਲੋਕ ਆ ਜਿਹੜੇ ਉੱਪਰ ਚੜ੍ਹਦੇ ਨੇ, ਕਈ ਰਸਤੇ ਦੇ ਵਿੱਚ ਹੀ ਰੁਕ ਜਾਂਦੇ ਨੇ। ਤੁਹਾਨੂੰ ਦਿਖਾਵਾਂਗੇ, ਉੱਥੇ ਵੀ ਵਾਟਰਫਾਲ ਹੈ, ਉੱਥੇ ਰੁਕ ਜਾਂਦੇ ਨੇ, ਕਿਉਂਕਿ ਉੱਪਰ ਚੜ੍ਹਾਈ ਚੜ੍ਹਨੀ ਬੜੀ ਮੁਸ਼ਕਿਲ ਜੀ ਹੈ, ਪੈਰ ਫਿਕਸ ਕਰਨੇ ਔਰ ਨੀਚੇ ਬਾਅਦ 'ਚ ਢਲਾਣ 'ਚ ਉਤਰਨਾ ਬਹੁਤ ਮੁਸ਼ਕਿਲ। ਅਸੀਂ ਫਾਈਨਲੀ ਉੱਥੇ ਪਹੁੰਚ ਗਏ ਉਸ ਜਗ੍ਹਾ 'ਤੇ ਜਿੱਥੇ ਵਾਟਰਫਾਲ ਹੈ। ਤੁਹਾਨੂੰ ਦਿਖਾਉਂਦੇ ਵਾਟਰਫਾਲ ਦਾ ਨਜ਼ਾਰਾ ਕਿੰਨਾ ਖੂਬਸੂਰਤ ਸੀ। ਐਂਡ ਵੀ ਆਰ ਹੇਅਰ ਟੂ ਇੰਜੋਏ ਦ ਵਾਟਰਫਾਲ। ਇੰਨਾ ਖੂਬਸੂਰਤ ਝਰਨੇ ਦਾ ਪਾਣੀ ਵਗ ਰਿਹਾ ਹੈ, ਆਲੇ ਦੁਆਲੇ ਕੋਈ ਹੋਰ ਸ਼ੋਰ ਸ਼ਰਾਬਾ ਨਹੀਂ, ਕਿੰਨੀ ਪੋਜ਼ਿਟਿਵਿਟੀ ਦੇ ਰਿਹਾ, ਆਪਣੇ ਹੀ ਫਲੋ ਦੇ ਵਿੱਚ ਬਿਨਾਂ ਕਿਸੇ ਰੁਕਾਵਟ ਤੋਂ ਵਗਦਾ ਜਾ ਰਿਹਾ ਹੈ। ਔਰ ਇੰਨੀ ਸੋਹਣੀ ਪਾਣੀ ਦੀਆਂ ਬੂੰਦਾਂ ਤੁਹਾਡੇ ਮੂੰਹ 'ਤੇ ਪੈ ਰਹੀਆਂ, ਤੁਹਾਡੀ ਬੋਡੀ 'ਤੇ ਪੈ ਰਹੀਆਂ, ਹਲਕੀ ਹਲਕੀ ਉਹ ਬੂੰਦ ਠੰਡਕ ਜੀ ਦਿੰਦੀ ਜਾ ਰਹੀ ਹੈ, ਔਰ ਸਾਹਮਣੇ ਤੁਸੀਂ ਬੈਠੇ ਹੋ, ਤਾਂ ਕੀ ਗੱਲਬਾਤ ਹੈ, ਬੰਦੇ ਨੂੰ ਕੁਛ ਹੋਰ ਚਾਹੀਦਾ ਹੀ ਨਹੀਂ। ਦੇਖੋ ਜੀ, ਇਹ ਰਸਤੇ ਸਾਡੀ ਸਾਰੀ ਥਕਾਨ ਲੱਥ ਗਈ ਸੀ ਅਤੇ ਹੁਣ ਅਸੀਂ ਵਾਪਿਸ ਨੀਚੇ ਜਾ ਰਹੇ ਸੀ। ਨੀਚੇ ਜਿਹੜੇ ਝਰਨੇ 'ਚ ਜਿੱਥੇ ਜਾ ਕੇ ਅਸੀਂ ਬੈਠ ਸਕਦੇ ਸੀ ਪਾਣੀ 'ਚ ਹੱਸ ਕੇ, ਉੱਥੇ ਵੀ ਚੱਲਦੇ ਹਾਂ ਹੁਣ ਤਾਂ ਵੀ, ਉਹ ਵੀ ਜਗ੍ਹਾ ਦੇਖੀਆਂ ਜਾਣਗੀਆਂ ਵੀ ਜਿੱਥੇ ਝਰਨੇ ਦਾ ਪਾਣੀ ਵਗਦਾ ਵੀ ਹੈ, ਲੋਕ ਬਹਿੰਦੇ ਵੀ ਨੇ ਅਤੇ ਇੰਜੋਏ ਵੀ ਕਰਦੇ ਨੇ। ਅਸੀਂ ਵੀ ਉੱਥੇ ਜਾ ਕੇ ਇੰਜੋਏ ਕਰਨ ਚੱਲੇ ਸੀ। ਜੇਕਰ ਤੁਸੀਂ ਉੱਪਰ ਨਹੀਂ ਜਾਣਾ ਚਾਹੁੰਦੇ ਤਾਂ ਇਹ ਜਗ੍ਹਾ ਤੁਹਾਡੇ ਲਈ ਬੈਸਟ ਹੈ, ਇੱਥੇ ਮੋਸਟਲੀ ਸਾਰੇ ਇੱਥੇ ਆ ਕੇ ਬੈਠਦੇ ਨੇ। ਬਹੁਤ ਰਸ਼ ਸੀ, ਇੱਥੇ ਪੈਰ ਡਿਪ ਕਰਕੇ ਬੈਠ ਸਕਦੇ ਹੋ, ਨਹਾ ਵੀ ਸਕਦੇ ਹੋ, ਸਾਫ਼ ਸੁਥਰਾ ਜਿਹਾ ਪਾਣੀ ਹੈ, ਪਾਣੀ ਬਹੁਤ ਠੰਡਾ ਹੈ, ਆਰਾਮ ਨਾਲ ਤੁਸੀਂ ਇੰਜੋਏ ਕਰ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ। ਅਗਰ ਤੁਸੀਂ ਉੱਪਰ ਨਹੀਂ ਜਾਣਾ ਚਾਹੁੰਦੇ ਤਾਂ ਟਰੈਕ ਨਾ ਕਰੋ, ਤੁਸੀਂ ਇੱਥੇ ਬੈਠ ਕੇ ਕੱਪੜੇ ਨਾਲ ਲੈ ਜਾਓ, ਇੰਜੋਏ ਕਰੋ ਅਸੀਂ ਇੱਥੇ ਬੈਠ ਕੇ। ਯੇ ਵੀ ਆਰ ਹੇਅਰ, ਨੀਰਜ ਹੈਲੋ, ਹਾਊ ਇਜ਼ ਐਕਸਪੀਰੀਅੰਸ? ਵਾਪਸ ਨੀਚੇ ਆਏ ਉਹ ਸੀਗੇ ਆਹ ਜਿਹੜਾ ਪਾਪਾ।
एंड दिस इज जोगिनी वाटरफॉल। ये रोड में नॉलेज लग रहा रोड एसएलएस अरे भैया क्या ऑर्डर कर दिया शाम हो गई सी असी भी बहुत थक गए सी ते फाइनली असी खाना ऑर्डर किया इसके खाइए थोड़ा टमी फुल करिए ते फिर अगे वापस घर वाल नू भी जाना है ते रस्ते विच असी देखिया कि एक जगह हॉट बैलून दी भी सर्विसेज सीगिया जेकर तुसी भी लेना चाहते हो तो रिवर साइड से तुहानू बहुत अच्छी फैसिलिटी है हॉट बैलून दे विच तुहानू बिठा के उपर लेके जाते हैं और फिर नाल ही नीचे भी मतलब बहुत ही थोड़ा जहा सफर ही है पर रेट मैनू लगता इतने बहुत ज़्यादा है 2000 तो अबव ही लेंदे है ते वापस असी रूम दे विच आ गए क्योंकि रश इन्ना ज़्यादा मनाली च रात नू हो गया सी कि असी रूम च आना ही ठीक समझे माल रोड ते तो बहुत ज़्यादा रश हुंदा है ते अपर रात नू गल्लां बातां कर रहे सी ते सोन दी प्लानिंग सी कि सवेर नू देखदे हां किस साइड जाइए पर मैं रात नू उठ के की देखती हाँ कि प्रतीक ते नीरज पैकिंग करन शुरू कर दित्ती। उन्होंने गड्डी नू खोलिया और वो पैक कर रहे सी सारा समान गड्डी दे विच। मैनू नहीं समझ आया कि रात नू ही क्यों करना शुरू कर दिता भी आपां मॉर्निंग च कर सकदे सी। तो मैं भी नीचे जाके प्रतीक नूं पुछदी हाँ भी ये की होया ते तुहानू भी दस दिया नैक्सट व्लॉग च कि अद्धी रात नूं प्रतीक क्यों पैक करन लग पए सारा समान। तो मिलते हैं नैक्सट व्लॉग च ते बने रहो साडे नाल। जेकर तुसीं हजे भी साडे चैनल नूं सबसक्राइब नहीं किया तो जल्दी कर दो क्योंकि नैक्सट वीडियो च आपां ये चीज़ तो जरूर पता करांगे भी अद्धी रात नूं क्यों पैकिंग करनी शुरू की इन्हां ने। जे तुहानू साडी ये वीडियो अच्छी लगी तो एक लाइक देना दे बंद है तो जो साडे नाल पहलां तो जुड़े ने उन्हां नू पता है कि कमेंट ते करना ही है भी वीडियो तुहानू अज दी किवें दी लगी। एंड डोंट फॉरगेट टू लाइक सब्सक्राइब एंड शेयर आवर चैनल फन एंड फ्लेम। बाय बाय, टेक केयर।